ओके okay, जी ऑलराइट ਬਹੁਤ ਸਾਰੇ ਸ਼ੀਟਾਂ ਖੋਹੂਗੇ ਤੇ ਕੁਝ ਕੁਐਸ਼ਨ ਸੀ ਵੀਰਾਂ ਦਾ ਕਿ ਫਾਟਿੰਗ ਦੇ ਵਿੱਚ ਭੁੱਖ ਕਿਵੇਂ ਕੰਟਰੋਲ ਕਰੀਏ ਉਦਾਂ ਵੀ ਤੁਸੀਂ ਕਈ ਵਾਰ ਆਪਾਂ ਮਾਈਂਡਲੈਸੀ ਈਟਿੰਗ ਕਰਦੇ ਆ ਮਤਲਬ ਆਪਾਂ ਨੂੰ ਰੀਅਲ 'ਚ ਭੁੱਖ ਨਹੀਂ ਹੁੰਦੀ ਹੈ ਨਾ ਫਿਰ ਵੀ ਖਾ ਲੈਨੇ ਆ ਤੇ ਮੈਂ ਤੁਹਾਨੂੰ ਉਹਦੇ ਪਿੱਛੇ ਦਿਖਾਉਣਾ ਕਿ ਕਿਹੜੀਆਂ ਚੀਜ਼ਾਂ ਜੋ ਆਪਣੀ ਭੁੱਖ ਪਹਿਲਾਂ ਤਾਂ ਕੰਟਰੋਲ ਕਰਦੀਆਂ ਨੇ ਲੈਪਟਿਨ ਹਾਰਮੋਨ ਇਨਸੁਲਿਨ ਇਨਸੁਲਿਨ ਹਾਰਮੋਨਸ ਉੱਪ ਜਾਂਦਾ ਸ਼ੂਗਰ ਖਾਣ ਨਾਲ ਕਿਉਂਕਿ ਜਦ ਆਪਾਂ ਸ਼ੂਗਰ ਖਾਂਦੇ ਆ ਫਿਰ ਆਪਾਂ ਨੂੰ 1-2 ਘੰਟੇ ਬਾਅਦ ਫਿਰ ਫੂਡ ਦੀ ਕ੍ਰੀਵਿੰਗ ਹੁੰਦੀ ਆ ਹਣਾ ਜਿੰਨਾ ਤੁਹਾਡੀ ਬਲੱਡ ਚ ਸ਼ੂਗਰ ਆ ਤੁਹਾਨੂੰ ਬਿਨਾਂ ਲੋਡ ਤੋਂ ਭੁੱਖ ਲੱਗੀ ਜੂ ਕ੍ਰੀਬ ਹੋਈ ਜੂ ਤੁਹਾਡੀ ਬਾਡੀ ਨੂੰ ਲੋਡ ਨਹੀਂ ਹੁੰਦੀ ਉਦੋਂ ਭੁੱਖ ਲੱਗੀ ਜਾਂਦੀ ਆ ਗ੍ਰੇਲਿਨ ਹਾਰਮੋਨ ਇਹ ਅੱਪ ਚਲੇ ਜਾਂਦਾ ਹੈ ਹੰਗਰ ਹਾਰਮੋਨ ਆ ਜੇ ਗ੍ਰੇਲਿਨ ਹਾਰਮੋਨ ਅੱਪ ਚਲੇ ਜਾਂਦਾ ਤੁਹਾਨੂੰ ਬ੍ਰੇਨ ਨੂੰ ਦੱਸਦਾ ਕਿ ਭੁੱਖ ਲੱਗੀ ਆ ਨਾ ਸਟ੍ਰੈਸ ਨਾਲ ਤੁਹਾਨੂੰ ਭੁੱਖ ਜ਼ਿਆਦਾ ਲੱਗਦੀ ਆ ਸੋ ਇਹ ਚੀਜ਼ਾਂ ਤੁਹਾਡੇ ਭੁੱਖ ਤੇ ਤੁਹਾਨੂੰ ਓਵਰ ਈਟਿੰਗ ਕਰਾਉਂਦੀਆਂ ਨੇ ਲੈਪਟਿਨ ਹਾਰਮੋਨ ਦੀ ਪਹਿਲਾਂ ਗੱਲ ਕਰਾਂਗੇ ਆਪਾਂ ਆ ਜਿਹਨੂੰ ਸੈਟਸਿਫਾਈ ਹਾਰਮੋਨਸ ਵੀ ਕਹਿੰਦੇ ਨੇ ਥੋੜਾ ਹੰਗਰ ਕੰਟਰੋਲ ਕਰਦਾ ਮਤਲਬ ਇਹ ਤੁਹਾਡੇ ਬ੍ਰੇਨ ਨੂੰ ਦੱਸਦਾ ਕਿ ਬਾਡੀ ਨੂੰ ਫੂਡ ਦੀ ਲੋੜ ਨਹੀਂ ਇਨਹਿਬਿਟੇ ਹੰਗਰ ਹੰਗਰ ਨੂੰ ਇਨਹਿਬਿਟ ਕਰਦਾ ਤੇ ਆਹ ਹਾਰਮੋਨ ਬਹੁਤ ਜ਼ਰੂਰੀ ਆ ਗਰੇਲਿਨ ਇਹਦੇ ਬਾਰੇ ਗੱਲ ਕਰਨੀ ਆ ਇਹ ਗਰੇਲਿਨ ਹਾਰਮੋਨ ਜਦਾ ਤੁਹਾਡੇ ਬਲੱਡ 'ਚ ਅੱਪ ਚਲੇ ਜਾਂਦਾ ਹਨਾ ਫਿਰ ਤੁਹਾਨੂੰ ਮਤਲਬ ਤੁਹਾਡੇ ਬ੍ਰੇਨ ਨੂੰ ਸਿਗਨਲ ਦਿੰਦਾ ਕਿ ਭੁੱਖ ਲੱਗੀ ਹੈ ਹੰਗਰ ਹਾਰਮੋਨਸ ਆ ਇਹ ਜਦੋਂ ਆਪਾਂ ਮੀਲ ਖਾ ਲੈਨੇ ਆ ਫਿਰ ਇਹ ਲੋ ਘਟ ਜਾਂਦਾ ਬਲੱਡ ਦੇ ਵਿੱਚ ਇਹਦਾ ਟੈਸਟ ਹੋਇਆ ਤੁਹਾਨੂੰ ਮੈਂ ਇਹਦੀ ਰਿਪੋਰਟ ਦਿਖਾਉਣੀ ਆ ਕਿ ਸਟੱਡੀ ਨੇ ਕੀ ਚੀਜ਼ ਸ਼ੋ ਕਰੀ ਆ ਆ ਦੇਖੋ ਗ੍ਰਾਫ ਆ ਬੰਦੇ ਦੇ ਫਾਸਟ ਤੋਂ ਪਹਿਲਾਂ ਸੋ ਇਹਨਾਂ ਨੇ ਬਲੱਡ ਦੇ ਵਿੱਚ ਗਰੇਲਿਨ ਹਾਰਮੋਨ ਨੂੰ ਚੈੱਕ ਰਿਆ ਸੋ ਇੱਥੇ ਮੰਨ ਲਓ ਕਿ ਵੇਵ ਉੱਠੀ ਇਹਦੀ ਇੱਕ ਜਿਹਨੂੰ ਆਪਾਂ ਹੰਗਰ ਵੇਵ ਕਹਿੰਦੇ ਆ ਆਪਣੇ ਬ੍ਰੇਨ ਨੂੰ ਸਿਰਫ ਉਦੋਂ ਹੀ ਲਾ ਦਉਂਦਾ ਫਾਸਟ ਟਾਈਮ ਦੇ ਵਿੱਚ ਜਦੋਂ ਆਪਾਂ ਫੂਡ ਨਹੀਂ ਖਾ ਰਹੇ ਹੁੰਦੇ ਕੀ ਆਪਾਂ ਨੂੰ ਭੁੱਖ ਲੱਗੀ ਆ ਕਿਉਂਕਿ ਆਪਣੇ ਕੋਲ ਬਹੁਤ એનર્ਜੀ ਆ ਆਪਾਂ ਨੂੰ ਫੂਡ ਦੀ ਲੋੜ ਨਹੀਂ ਹੁੰਦੀ ਆ ਆਪਾਂ ਜੋ ਬਾਡੀ ਤੇ ਫੈਟ ਚੜੀ ਆ ਉਹਨੂੰ ਐਜ਼ ਅਨਰਜੀ ਯੂਜ਼ ਕਰਨਾ ਜਿਹੜੇ ਓਵਰ weight ਨੇ ਰਾਈਟ ਸੋ ਉਹਨਾਂ ਦੇਖੋ ਜ਼ਿਆਦਾ ਬੰਦੇ ਨੇ ਕੁਝ ਖਾਦਾ ਨਹੀਂ ਇੱਥੋਂ ਇੱਥੇ ਤੱਕ ਆ ਦਿਨ ਦਾ ਸਮਝ ਲਓ ਗ੍ਰਾਫ ਆ ਗ੍ਰੇਲਿਨ ਹਾਰਮੋਨ ਬਲੱਡ ਚ ਉੱਪਰ ਚਲੇ ਗਿਆ ਜਿਹੜਾ ਬ੍ਰੇਨ ਨੂੰ ਦੱਸਦਾ ਦੇਖੋ ਗ੍ਰਾਫ ਉੱਪਰ ਚਲੇ ਗਿਆ ਕਿ ਭੁੱਖ ਲੱਗੀ ਆ ਰਾਈਟ ਇੱਥੇ ਜੇ ਆਪਾਂ ਨੂੰ ਫੂਡ ਦੇ ਦਾਂਗੇ ਇਹਨੇ ਡਾਊਨ ਪੈਣਾ ਪਰ ਉਹਨਾਂ ਨੇ ਇਹਨੂੰ ਫੂਡ ਨਹੀਂ ਦਿੱਤਾ ਇਹ ਜਸਟ ਇੱਕ ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਇੱਕ ਭੁੱਖ ਦੀ ਵੇਵ ਹੀ ਹ ਇੱਕ ਜਸਟ ਗਰਾਫੇ ਚੜਦਾ ਹੁੰਦਾ ਹਾਰਮੋਨ ਦਾ ਜਦ ਆਪਾਂ ਕੁਝ ਨਹੀਂ ਖਾਂਦੇ ਇਹਨੂੰ ਇਗਨੋਰ ਕਰ ਦਿੰਨੇ ਆ ਜਾਂ ਬਿਜ਼ੀ ਹੋ ਜਾਈਏ ਜਾਂ ਪਾਣੀ ਵਗੈਰਾ ਪੀ ਲੈਨੇ ਆ ਉਹ 15 20 ਮਿੰਟ ਜਿਹੜੀ ਹੰਗਰ ਹਾਰਮੋਨ ਦੀ ਵੇਵ ਹੁੰਦੀ ਉਹਨੂੰ ਨਗਾਹ ਦਿੰਨੇ ਆ ਫਿਰ ਇਹ ਉਨੇ ਹੀ ਜਿਆਦਾ ਡਾਊਨ ਪੈ ਗਿਆ ਥੱਲੇ ਦੇਖੋ ਇਹਦਾ ਮਤਲਬ ਇੱਥੇ ਆ ਜਿਹੜੀ ਵੇਵ ਨਗਾਹਤੀ ਪਰ ਹੰਗਰ ਹਾਰਮੋਨ ਡਾਊਨ ਚਲੇ ਗਿਆ ਉਹਦੀ ਭੁੱਖ ਮਰ ਗਈ ਸੋ ਇਹਦਾ ਮਤਲਬ ਇਹ ਹਾਰਮੋਨ ਨੂੰ ਆਪਾਂ ਬਿਨਾ ਖਾਦੇ ਕੰਟਰੋਲ ਕਰ ਸਕਦੇ ਆ ਜੇ ਆਪਾਂ ਆ ਸਿਰਫ ਵੇਵ ਨੂੰ ਸਮਝੀਏ ਮੰਨ ਲਓ ਤੁਹਾਨੂੰ ਭੁੱਖ ਲੱਗ ਗਈ ਇੱਥੇ ਇੱਥੇ ਕੁਝ ਖਾ ਲਿਆ ਸਮਝ ਅਨਾ ਬੇਨਾਂ ਮਦਦੋਂ ਆਪਾਂ ਫੂਡ ਖਾ ਲਿਆ ਜੇ ਆਪਾਂ ਵੇਵ ਨੂੰ ਨਗਾ ਦੀਏ ਤਾਂ ਫਿਰ ਹੰਗਰ ਹਾਰਮੋਨ ਕੰਟਰੋਲ ਚ ਆ ਗਿਆ ਆਪਣੇ ਫਿਰ ਗਾਹਾਂ ਵੇਵ ਆਈ ਥੋੜੀ ਬਹੁਤੀ ਆਪਾਂ ਫਿਰ ਕੰਟਰੋਲ ਕਰ ਲਿਆ ਲੰਬਾ ਫਾਸਟ ਕਰਦੇ ਨੇ ਕਿ 36 ਘੰਟੇ ਦਾ ਕਹਿੰਦੇ ਨੇ ਅਸੀਂ 48 ਦਾ ਕਰ ਲੈਨੇ ਆ ਉਹ ਇੱਕ ਇੱਕਣੇ ਹੁੰਦਾ ਹਾਰਮੋਨਸ ਨੂੰ ਕੰਟਰੋਲ ਕੰਟਰੋਲ ਕਰ ਦਿੰਦੇ ਨੇ ਉਹ ਸੋ ਟਰਾਈ ਕਰਿਆ ਕਰੋ ਫਾਸਟ ਟਾਈਮ ਦੇ ਵਿੱਚ ਜੇ ਤੁਹਾਨੂੰ ਆ ਵੇਵ ਉੱਠਦੀ ਆ ਉਹ 15 20 ਮਿੰਟ ਆਪਾਂ ਜਾਂ ਤਾਂ ਗ੍ਰੀਨ ਟੀ ਪੀ ਲਈ ਜਾਂ ਫਿਰ ਕੌਫੀ ਪੀ ਲਈ ਜਾਂ ਫਿਰ ਸਿੰਪਲ ਵਾਟਰ ਪੀ ਲਿਆ ਕਿ ਫਿਰ ਥੋੜੀ ਭੁੱਖ ਮਰ ਜਣੀ ਆ ਫਿਰ ਤੁਸੀਂ ਲੰਬਾ ਫਾਸਟ ਕਰ ਸਕਦੇ ਹੋ ਠੀਕ ਆ ਆ ਚੀਜ਼ ਹੁੰਦੀ ਹੈ ਕਈ ਬੰਦੇ ਇੱਥੇ ਕੰਟਰੋਲ ਨਹੀਂ ਕਰ ਪਾਉਂਦੇ ਫੂਡ ਖਾ ਲੈਂਦੇ ਨੇ ਫਿਰ ਗ੍ਰੇਲਿਨ ਤਾਂ ਥੱਲੇ ਜਾਣਾ ਹੀ ਆ ਪਰ ਉੱਥੇ ਆਪਾਂ ਇੱਕ ਕੈਲਰੀ ਲੈ ਲੈਨੇ ਆ ਬਿਨਾਂ ਗੱਲ ਤੋਂ 스ਨੈਕ ਖਾ ਲਈ ਜਿਵੇਂ ਮੈਂ ਕਿਹਾ ਜੀ ਇੱਥੇ 슈ਗਰ ਖਾ ਲਈ ਤੁਸੀਂ ਆ ਬੇਬਾਂ ਥੋੜੀਆਂ ਵਾਰ-ਵਾਰ ਆਉਣੀਆਂ ਨੇ ਕਿਉਂ ਇਹਦਾ ਕੀ ਮਤਲਬ ਆ ਕਿ ਜਿਹੜੇ ਆਹ ਇਨਸੁਲਿਨ ਆ ਸ਼ੂਗਰ ਖਾਣੇ ਆ ਸ਼ੂਗਰ ਆ ਜੋ ਤੁਹਾਨੂੰ ਥੋੜੇ ਬ੍ਰੇਨ ਤੇ ਦੁਬਾਰਾ ਕਹਿੰਦਾ ਮੀਲ ਲੈਣੀ ਆ ਮੀਲ ਲੈਣੀ ਆ ਜਿਹੜੇ ਹੁਣ ਹਾਈ ਕਾਰਬੋਹਾਈਡਰੇਟ ਫੂਡ ਖਾਂਦੇ ਨੇ ਸ਼ੂਗਰ ਬਿਸਕੁਟ ਖਾਂਦੇ ਨੇ ਦੋ ਦੋ ਘੰਟੇ ਬਾਅਦ ਸਨੈਕ ਖਾਂਦੇ ਆ ਠੀਕ ਆ ਫਿਰ ਆਹ ਜਿਹੜਾ ਇਨਸੁਲਿਨ ਆ ਇਹਦਾ ਮਤਲਬ ਤੁਹਾਨੂੰ ਇੱਥੇ ਬਿਵਾ ਆਈ ਜਾਣੀਆਂ ਬਾਰ-ਬਾਰ ਇਨਸੁਲਿਨ ਕਰਕੇ ਸ਼ੂਗਰ ਖਾਦਾ ਠੀਕ ਆ ਦੈਨ ਫੇਡ ਆਊਨ ਗਿਆ ਗ੍ਰੇਲਿਨ ਫੇਰ ਅੱਪ ਗਿਆ ਤੁਸੀਂ ਫੇਰ ਸ਼ੂਗਰ ਖਾ ਲਈ ਫੇਡ ਆਊਨ ਇੱਥੇ ਤੁਸੀਂ ਕੈਲਰੀ ਬਾਰ-ਬਾਰ ਦੰਦੇ ਵਿੱਚ ਤੁਸੀਂ ਕੈਲਰੀ ਦੇ ਜੰਨੇ ਉਹ ਹੀ ਫਾਸਟਿੰਗ ਦਾ ਮਤਲਬ ਹੁੰਦਾ ਕਿ 16 ਘੰਟੇ ਕੁਝ ਕੰਨ ਨਹੀਂ ਖਾ ਰਹੇ ਉਸ ਤੋਂ ਬਾਅਦ ਆਪਣੀ ਈਟਿੰਗ ਵਿੰਡੋ ਰੱਖੋ ਕਿਉਂਕਿ ਜਦ ਤੁਸੀਂ ਇੱਕ ਵਾਰ ਫੂਡ ਖਾ ਲਿਆ ਫਿਰ ਉਸ ਤੋਂ ਬਾਅਦ ਤੁਹਾਨੂੰ ਇਹ ਬੇਵਾਂ ਵਾਰ-ਵਾਰ ਆਉਣੀਆਂ ਨਹੀਂ ਕਿਉਂਕਿ ਬਾਡੀ ਦੁਬਾਰਾ ਫੂਡ ਮੰਗਦੀ ਹੈ ਨਹੀਂ ਇਹ ਥੋੜਾ ਟਾਈਮ ਤੋਂ ਬਾਅਦ ਆਪਣੀ ਬਾਡੀ ਫੈਟ ਯੂਜ਼ ਕਰ ਲਾ ਜਾਂਦੀ ਹੈ ਇੱਥੇ ਇਉਂਕਿ ਤੋਂ ਬਾਅਦ ਫਿਰ ਆਪਣੀ ਆਟਾ ਆਟਾ ਵਰਦੀ ਟੀ ਮੰਡੋ ਵੀ ਹੋ ਜੂਗੀ ਮੰਨ ਲਓ ਇੱਥੇ ਇੱਕ ਮੀਲ ਖਾਲੀ ਫਿਰ ਆ ਫਿਰ ਫਾਸਟ ਕਰਿਆ ਫਿਰ ਲਾਸਟ ਮੀਲ ਤੁਹਾਡੀ ਡਿਨਰ ਇੱਥੇ ਹੋ ਜੂਗੀ ਫਿਰ ਫਾਸਟ 16 ਘੰਟੇ ਦਾ ਰਾਈ ਜੇ ਤੁਸੀਂ ਬਹੁਤ ਹੀ ਜ਼ਿਆਦਾ ਹੰਗਰ ਹੋ ਤਾਂ ਤੁਹਾਨੂੰ ਆਹ ਜਿਹੀ ਵੇਵ ਨਗਾਉਣ ਤੋਂ ਬਾਅਦ ਵੀ ਇੱਧਾ ਘੰਟਾ ਤੁਸੀਂ ਹੰਗਰ ਰਹੇ ਨੇ ਫਿਰ ਆਪਾਂ ਹੋ ਸਕਦਾ ਕਿ ਆਪਾਂ ਰੀਅਲੀ ਹੰਗਰ ਆ ਅਸਲ ਦੇ ਵਿੱਚ ਆਪਾਂ ਨੂੰ ਭੁੱਖ ਲੱਗੀ ਆ ਪਰ ਜੇ ਤੁਹਾਨੂੰ ਉਹਦਾ ਵੇਵ ਆਉਂਦੀ ਆਹਾ ਤਾਂ ਇਹ ਤੁਸੀਂ ਨਗਾ ਕੇ ਦੇਖਿਓ ਤੁਸੀਂ ਲੰਬਾ ਫਾਸਟ ਕਰ ਸਕਦੇ ਹੋ ਤੇ ਆਈ ਸੀਗੀ ਤੁਹਾਡੇ ਲਈ ਇਨਫੋਰਮੇਸ਼ਨ ਜਿਸ ਜੈਰੀ ਮਟੇਰ ਮਿਲਦਾ ਨੈਕਸਟ ਵਾਂਚ ਟ